ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਸਟੱਡੀ ਵੀਜ਼ਾ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਡੈਸਟੀਨੇਸ਼ਨ ਅਵੇਅਰਨੈਸ ਵਿਦ ਨਰਮਨ ਚਾਵਲਾ ਜੀ ਸਾਡੇ ਨਾਲ ਨੇ ਕਨੈਕਟ ਓਵਰਸੀਜ਼ ਤੋਂ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਨੂੰ ਲੈ ਕੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ ਨਵੇਂ ਰੂਲ ਕੀ ਨੇ ਕਿਹੜੇ ਇਨਟੇਕ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਪਹਿਲਾਂ ਆਪਾਂ ਰੂਲਸ ਤੇ ਗੱਲ ਕਰਦੇ ਹਾਂ ਨਵੇਂ ਚੇਂਜਿੰਗ ਸਰ ਕਿਹੜੇ-ਕਿਹੜੇ ਚੇਂਜਿੰਗ ਆਏ ਨੇ ਹਾਂ ਸਤਿ ਸ਼੍ਰੀ ਅਕਾਲ ਜੀ ਪਲਵਿੰਦਰ ਚੇਂਜਸ ਤੇ ਕਾਫੀ ਆ ਗਏ ਹਨ ਜੀਟੀ ਨੋ ਕਦਮ ਕਰਤਾ ਹੈ ਨਿਆ ਸਿਸਟਮ ਜੀਐਸਟੀ ਦਾ ਲੈ ਕੇ ਆ ਉਹਨਾਂ ਨੇ ਸਪੈਸਿਫਿਕ ਕੁਐਸਚਨਸ ਕਰਦੇ ਆ ਸਪੈਸਿਫਿਕ ਕੁਐਸਚਨਸ ਆਨਸਰ ਦੇਣਾ ਜਦ ਵੀਜ਼ਾ ਫਾਰਮ ਫਾਈਲ ਕਰਾਂਗੇ ਸੋ ਦਿਸ ਇਜ਼ ਦੀ ਮੇਜਰ ਚੇਂਜ ਫਿਰ ਥੋੜਾ ਆਇਲਟਸ ਨਾਲ ਕੇ ਚੇਂजेस ਹੈਗੇ ਆਇਲਟਸ ਤੇ ਥੋੜੇ ਬੈਂਡ ਸਕੋਰ ਵਧਿਆ ਮੰਗਦੇ ਹੈਗੇ ਮਿਨਿਮਮ 5.5 ਸੋ ਥੀਜ਼ ਆਰ ਦੀ ਨਿਊ ਚੇਂजेस ਵਿਚ ਹਵ ਕਮ ਇਨ ਸਰ ਜੇ ਆਪਾਂ ਆਇਲਟਸ ਦੀ ਗੱਲ ਕਰਦੇ ਹ ਕਿੰਨੇ ਬੈਂਡ ਸਕੋਰ ਨੇ ਹੁਣ ਜੇ ਕਿਸੇ ਨੇ ਡਿਪਲੋਮਾ ਲੈ ਜਾਣਾ ਪਲੱਸ 2 ਤੋਂ ਬਾਅਦ ਜਾਂ ਡਿਗਰੀ ਲਈ ਜਾਣਾ ਫਿਰ ਕਿੰਨੇ ਹੋਣੇ ਚਾਹੀਦੇ ਪਲਵਿੰਦਰ ਮਿਨੀਮਮ 6 ਬੈਂਡ ਹੋਣੇ ਚਾਹੀਦੇ ਤੇ ਮਿਨੀਮਮ 5.5 ਆਨ ఓਵਰঅল 6 ਬੈਂਡ ਤੇ ਮਿਨੀਮਮ 5.5 ਚਾਹੀਦੇ ਇਸ ਤੋਂ ਪਹਿਲਾਂ 5.5 ਤੇ ਵੀ ਤੁਸੀਂ ਅਪਲਾਈ ਕਰ ਸਕਦੇ ਸੀ ਨਾ ਹਾਂਜੀ ਉਸ ਟਾਈਮ ਕਿਸੇ ਦੇ ਵਿੱਚ ਇੰਡੀਵਿਜੂਅਲ 5 ਬੈਂਡ ਦਾ ਹੋਏ ਅਪਲਾਈ ਹੁੰਦਾ ਸੀਗਾ 5.5 ਦੇ ਬੇਸ ਤੇ ਵੀ ਡਿਪਲੋਮਾ ਤੋਂ ਡਿਗਰੀ ਹੋ ਜਾਂਦਾ ਸੀਗਾ ਸੋ ਜਿਹਦੇ 5.5 ਪਹਿਲੇ ਹੁੰਦੇ ਸੀ ਨੈਚੁਰਲੀ ਉਸ ਦੇ ਇੱਕ ਬੈਂਡ ਪੰਜ ਹੁੰਦੇ ਸੀਗੇ ਸੋ ਉਹ ਥੋੜੇ ਚੇਂਜਸ ਆਏ ਹੈਗੇ ਐਂਡ ਵਿਚ ਆਪ ਬੀਗ ਇੰਪਲੀਮੈਂਟਡ ਸੋ ਬੈਟਰ ਆਈਏਗਾ ਕਿ ਅਬ ਬੱਚੇ ਆਲ ਦਸਕੋ ਜਿਆਦਾ ਥੋੜਾ ਬੈਟਰ ਕਰਨ ਐਨਫਿਰ ਵੀਜ਼ਾ ਅਪਲਾਈ ਕਰਨ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਤੁਸੀਂ ਸਕਰੀਨ ਤੇ ਨੰਬਰ ਆ ਰਿਹਾ ਕਾਲ ਕਰਕੇ ਆਸਟ੍ਰੇਲੀਆ ਸਟੱਡੀ ਵੀਜ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੋ ਲੈ ਸਕਦੇ ਹੋ ਨਿਰਮਲ ਸਰ ਦਾ तकरीबन 31 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਸਟੱਡੀ ਵੀਜ਼ਾ ਦੇ ਫੀਲਡ ਦੇ ਵਿੱਚ ਸਟੂਡੈਂਟ ਨੂੰ ਸਰਵਿਸਿਜ਼ ਦੇ ਰਿਹਾ ਔਰ ਬਹੁਤ ਹੀ ਜੈਨੂਇਨ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਹੈ ਜੈਨੂਇਨ ਤਰੀਕੇ ਦੇ ਨਾਲ ਸਟੂਡੈਂਟ ਨੂੰ ਵਿਦੇਸ਼ ਭੇਜਣ ਦੇ ਵਿੱਚ ਉਹਨਾਂ ਦੀ ਸਹਾਇਤਾ ਜਿਹੜੀ ਹੈ ਕਨੈਕਟ ਵਰਸਿਸ ਵੱਲੋਂ ਕੀਤੀ ਜਾ ਰਹੀ ਹੈ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਮਿਲਣਾ ਚਾਹੁੰਦੇ ਹੋ ਸੈਕਟਰ 17 ਚੰਡੀਗੜ੍ਹ ਦੇ ਵਿੱਚ ਆ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਦੀ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ஆன்लाइन काउंसलिंग ਜੇਕਰ ਤੁਸੀਂ ਦੂਰ ਬੈਠੇ ਹੋ ਤਾਂ ਵੀ ਤੁਸੀਂ ਆਪਣਾ ਜਿਹੜਾ ਵੀਜ਼ਾ ਕਿਸ ਤਰ੍ਹਾਂ ਦੇ ਨਾਲ ਅਪਲਾਈ ਕਰਨਾ ਹੈ ਸਰ ਜਿਨ੍ਹਾਂ ਦਾ 2023 ਪਾਸ ਆਊਟ ਨੇ ਉਹਨਾਂ ਦੇ ਲਈ ਇੱਕ ਕੋਲ ਕਿੰਨਾ ਟਾਈਮ ਹੈਗਾ ਸਟਡੀ ਵੀਜ਼ਾ ਇਸ ਤਰ੍ਹਾਂ ਅਪਲਾਈ ਕਰਨ ਦਾ ਆ ਪਲਵਿੰਦਰ ਜਿਹੜੇ ਬੱਚੇ 2023 ਪਾਸ ਆਊਟ ਹੈ 2024 ਜੁਲਾਈ ਇਟਸ অলਮੋਸਟ ਲਾਸਟ ਅਗਰ ਉਹ ਬਿਲਕੁਲ ਫਰੀ ਹੈ ਆਪ 2023 ਦੇ ਇਗਜ਼ਾਮਸ ਤੋਂ ਬਾਅਦ ਤੇ 2024 ਪਲੀਜ਼ ਅਪਲਾਈ ਕਰੋ ਸੋ ਔਲਰੇਡੀ ਅਪਲੀਕੇਸ਼ਨਸ ক্লোਜ਼ અપ ਹੋ ਰਹੀਆਂ ਐਂਡ ਜੀਟੀਡੀ ਜੀਐਸਟੀ ਦੀ ਡੇਟਸ ਆ ਗਈਆਂ ਹੈਗੀਆਂ ਫੜਾ ਫੜਾ ਆਪਣੀ ਐਡਮਿਸ਼ਨਸ ਲੋ ਫੜਾ ਫੜਾ ਆਪਣੇ ਫਾਈਨੈਂਸ਼ੀਅਲ ਪੇਪਰ ਡਾਕੂਮੈਂਟੇਸ਼ਨ ਪਾਸਪੋਰਟ ਫਰਮ ਦੀ ਯੂਨੀਵਰਸਿਟੀ ਇਨ ਅਪਲਾਈ ਸੋ ਅਨਾਲੀ ਇੰਟਰਵਿਊ ਦੀ ਤਿਆਰੀ ਕਰੋ ਬਿਕਾਜ਼ ਹੁ ਨਾਰਮਲ ਦੇਖਿਆ ਗਿਆ ਕਿ ਜਿਹੜੇ ਪੁਰਾਣੀ ਐਪਲੀਕੇਸ਼ਨਸ ਵੀ ਆਲਰੇਡੀ ਜਿਹੜੀ ਵੀਜ਼ਾ ਲਈ ਅਪਲਾਈ ਕੀਤੀ ਸੀ ਉਹਨਾਂ ਨੂੰ ਵੀ ਇੰਟਰਵਿਊਜ਼ ਆ ਰਹੇ ਸੋ ਬੱਚਿਆਂ ਨੂੰ ਇਮੀਡੀਏਟਲੀ ਆਪਣਾ ਪ੍ਰੋਸੈਸ ਸਟਾਰਟ ਕਰਨਾ ਚਾਹੀਦਾ ਹੈ ਤੇ ਜਿਵੇਂ ਤੁਸੀਂ ਸੁਣ ਚੁੱਕੇ ਹੋ ਕਿ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ 2023 ਪਾਸ ਆਊਟ ਹੋ ਤਾਂ ਜੁਲਾਈ ਇਨਟੇਕ ਤੁਹਾਡੇ ਲਈ ਲਾਸਟ ਹੈ ਔਰ ਨਾਲ ਦੀ ਨਾਲ ਤੁਹਾਡੇ 6 ਬੈਂਡ ਹੋਣੇ ਚਾਹੀਦੇ ਆ ਪਹਿਲਾਂ 5.5 ਨਾਲ ਵੀ ਜੇ ਅਪਲਾਈ ਕਰਦੇ ਸੀ ਤਾਂ ਹੁਣ ਉਸ ਦੇ ਲਈ 6 ਬੈਂਡ ਹੋਣੇ ਚਾਹੀਦੇ ਆ ਕਿਸੇ ਇੱਕ ਮੋਡੂਲ ਤੋਂ 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ ਜਿਵੇਂ ਸਰ ਨੇ ਦੱਸਿਆ ਸਰ ਹੋਰ ਕੀ ਕੀ ਮੇਜਰ ਚੇਂਜਿੰਗ ਨੇ ਜਿਹੜੇ ਆਏ ਨੇ ਇੱਕ ਤਾਂ ਖਾਸ ਤੌਰ ਤੇ ਇੰਟਰਵਿਊ ਨੂੰ ਲੈ ਕੇ ਕਿ ਇੰਟਰਵਿਊ ਤੋਂ ਬਿਨਾ ਆਸਟ੍ਰੇਲੀਅਨ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਹੋਊਗਾ Uh, पलविंदर एडमिशन एक पा, वन पार्ट है एडमिशन तो यूनिवर्सिटी कॉलेज वाले दे देंगे उस तो बाद यूनीवर्सिटी कोलेज वाले एक छोटा जा इंटरव्यू लेंगे हुँ. जिस दे बेस से उन्होंने फलैशल डॉक्यूमेंटेशन पास हो जाएंगे मेजर इशू है दैट यूनीवर्स जी एम्बेसी है इमीग्रेसन डिपार्टमेंट है वह कोई भी एप्लीकेशन लैके कि कि किसी टाइम भी स्टूडेंट कोल कर सकता है अगर स्टूडेंट नहीं प्रपेयर तो वह वीजा निकलना बड़ा मुश्किल है भावेंटी परसेंट है सत्त बैंड है ਬੜਾ ਕਰੋ ਇੰਟਰਵਿਊ ਠੀਕ ਨਹੀਂ ਦਿੰਦਾ ਤਾਂ ਸਟਿਲ ਦੀ ਵੀਜ਼ਾ ਕੈਨ ਬੀ ਰਿਜੈਕਟਡ ਸੋ ਇਸ ਕਰਕੇ ਅਸੀਂ ਸਪੈਸ਼ਲੀ ਇੱਕ ਟੀਮ ਰੱਖੀ ਹੈ ਜਿਹੜੇ ਸਾਰੇ ਸਟੂਡੈਂਟਸ ਇੰਟਰਵਿਊ ਤਿਆਰੀ ਕਰਾਵਾਂਗੇ ਅਗਰ ਸਟੂਡੈਂਟ ਦਾ ਇੰਟਰਵਿਊ ਨਹੀਂ ਆਇਆ ਤੇ ਇਟ ਇਜ਼ ਵੈਰੀ ਗੁੱਡ ਅਗਰ ਆ ਗਿਆ ਤਾਂ ਹੀ ਸ਼ੁੱਡ ਬੀ ਪ੍ਰਿਪੇਅਰਡ ਤੇ ਸਰ ਕਿਸ ਤਰ੍ਹਾਂ ਦੇ ਨਾਲ ਜਿਵੇਂ ਆਪਾਂ ਦੇਖਦੇ ਆ ਪਿਛਲੇ ਦਿਨਾਂ ਚ ਕਾਫੀ ਰਿਐਕਸ਼ਨ ਦਾ ਮੂਵੀ ਦੇਖਣਾ ਪਿਆ ਸਟੂਡੈਂਟ ਨੂੰ ਔਰ ਵੇਟ ਬਹੁਤ ਲੰਬਾ ਸਮਾਂ ਕਰਨੀ ਪੈ ਰਹੀ ਹੈ ਆਸਟ੍ਰੇਲੀਆ ਦੇ ਲਈ ਹਨਾ ਤੇ ਹੁਣ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਰਿਜ਼ਲਟ ਨੇ ਜਿਹੜੇ ਜਲਦੀ ਆ ਰਹੇ ਅਹ ਦੇਖੋ ਪਰਵਿੰਦਰ ਚੇਂजेस ਤੋਂ ਉਹਨੇ ਪਿੱਛੇ 23 ਅਪ ਮਾਰਚ ਨੂੰ ਹੀ ਆਏਗੇ ਬਟ ਯੈਸ ਜੇ ਉਸ ਤੋਂ ਪਹਿਲੇ ਅਸੋ ਉਸ ਤੋਂ ਲਾਸਟ ਵੀਕ ਅਸੀਂ ਇਮੀਗ੍ਰੇਸ਼ਨ ਆਫਸਰਸ ਨੂੰ ਮਿਲੇ ਸੀਗੇ ਜਿਨ੍ਹਾਂ ਨੇ ਸਾਨੂੰ ਕਨਫਰਮ ਕੀਤਾ ਥੈਟ ਐਸ ਪਰ ਨਿਊ GST ਰੂਲਸ ਅਸੀਂ ਜ਼ਿਆਦਾ ਅਪਰੂਵਲ ਦੇਖਾਂਗੇ ਐਂਡ ਵੀ ਆਲਸੋ ਐਕਸਪੈਕਟ ਇੰਡਸਟਰੀ ਵੀ ਐਕਸਪੈਕਟ ਕਰ ਰਹੀ ਹੈ ਕਿ ਕਿ ਥੈਟ GST ਦੇ ਅੰਦਰ ਅਪਰੂਵਲ ਜ਼ਿਆਦਾ ਬੈਟਰ ਆਣਗੇ ਤਾਂ ਹੀ ਅਸੀਂ ਅੱਜ ਸ਼ੋਅ ਦੇ ਵਿੱਚ ਮੈਂ बार-बार ਦੁਹਰਾ ਰਿਹਾ ਜਿਹੜੇ ਬੱਚਿਆਂ ਦੇ ਆਲਰੇਡੀ ਆਈ ਥਿੰਕ ਪਾਸ ਹੈ ਅਜਾ ਰਿਜ਼ਲਟ ਹੈਗਾ ਐਂਡ ਅਕੈਡਮੀ ਮਾਰਕਸ ਆਲਰੇਡੀ 2023 ਪਾਸ ਆਊਟ ਹੈਗੇ ਦੇ ਸ਼ੁੱਡ ਅਪਲਾਈ ਇਮੀਡੀਏਟਲੀ ਇਮੀਡੀਏਟਲੀ ਅਪਲਾਈ ਕਰਨ ਤੇ ਆਪਣਾ ਪ੍ਰੋਸੈਸ ਜੁਲਾਈ 2023 ਲਈ uh, 2024 ਲਈ ਸਟਾਰਟ ਕਰ ਲੈਣ ਆਦਰਵਾਇਜ਼ ਅਗਰ ਜੁਲਾਈ 2024 ਬਾਈਪਾਸ ਹੋ ਜਾਂਦਾ ਜਿਹੜੇ ਬੱਚੇ 23 ਚ ਪਾਸ ਆਊਟ ਹੋਏ ਤਾਂ ਥੋੜਾ ਮੁਸ਼ਕਿਲ ਆ ਜਾਏਗੀ ਉਹਨਾਂ ਨੂੰ ਅ ਬਿਲਕੁਲ ਸਰ ਜਿਵੇਂ ਤੁਸੀਂ ਕਿਹਾ ਹੁਣ ਜੁਲਾਈ ਇਨਟੇਕ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਬਹੁਤਾ ਟਾਈਮ ਨਹੀਂ ਹੈਗਾ ਜਿਹੜੇ ਸਟੂਡੈਂਟ ਪਾਸ ਨੇ ਜਿਹੜੇ 24 ਵਾਲੇ ਨੇ ਸਰ ਉਹਨਾਂ ਲਈ ਤਾਂ ਹਜੇ ਚਲੋ ਬਹੁਤ ਟਾਈਮ ਹੋਊਗਾ ਪਰ ਜਿਹੜੇ 23 ਵਾਲੇ ਨੇ ਉਹ ਇਮੀਡੀਏਟ ਜੁਲਾਈ ਇਨਟੇਕ ਦੇ ਲਈ ਅਪਲਾਈ ਕਰਨ ਕਿਉਂਕਿ ਉਸ ਤੋਂ ਬਾਅਦ ਉਹਨਾਂ ਦਾ ਇੱਕ ਤਾਂ ਗੈਪ ਕਨਸਿਡਰ ਹੈ ਜਿਹੜਾ ਹੋਊਗਾ ਨਾਲ ਦੀ ਨਾਲ ਹੋਰ ਵੀ ਜਿਹੜੀਆਂ ਮੁਸ਼ਕਲਾਂ ਆ ਸਕਦੀਆਂ ਕਿਉਂਕਿ ਆਸਟ੍ਰੇਲੀਆ ਚੰਗੇ ਸਟੂਡੈਂਟ ਨੂੰ ਚਾਹੁੰਦਾ ਹੈ ਕ੍ਰੀਮ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਹੀ ਵੀਜ਼ਾ ਮਿਲੂਗਾ ਇੰਟਰਵਿਊ ਦੀ ਤਿਆਰੀ ਤੁਹਾਨੂੰ ਕਨੈਕਟ ਓਵਰਸਿਸ ਨੂੰ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਹੀ ਸਰਵਿਸਿਜ਼ ਦੇ ਰਹੇ ਆ ਜੇ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ੇ ਦਾ ਕਿਸੇ ਨੂੰ ਪੁੱਛੋਗੇ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਹੀ ਨਾਮ ਆਊਗਾ ਨਿਰਮਲ ਚਾਵਲਾ ਜੀ ਕਨੈਕਟ ਓਵਰਸੀਜ਼ ਜੋ ਕਿ ਬਹੁਤ ਸਾਲਾਂ ਤੋਂ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਵਿੱਚ ਸਰਵਿਸਿਜ਼ ਦੇ ਰਹੇ ਨੇ ਤੁਸੀਂ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰਕੇ ਜਾਣਕਾਰੀ ਜਿਹੜੀ ਲੈ ਸਕਦੇ ਹੋ ਔਰ ਨਾਲ ਦੀ ਨਾਲ ਸਰ ਇੰਨੀ ਸਖਤੀ ਦਾ ਕਾਰਨ ਕੀ ਹੈ ਵੀ ਆਸਟ੍ਰੇਲੀਆ ਸਟੱਡੀ ਵੀਜ਼ੇ 'ਚ ਇੰਨਾ ਸਟਿੱਕਟ ਕਿਉਂ ਹੋ ਰਿਹਾ ਵਾਰ-ਵਾਰ ਹਨਾ ਨਵੇਂ-ਨਵੇਂ ਰੂਲ ਚੇਂਜ ਹੋ ਰਿਹਾ ਪਿਛਲੇ ਸਾਲ ਵੀ ਵੀਜ਼ੇ ਬਹੁਤ ਘੱਟ ਮਿਲੇ ਆ ਪਲਵਿੰਦਰ ਪਿਛਲੇ ਜਿਹੜੇ ਵੀਜ਼ੇ ਕਟਾਏ ਹੈਗੇ ਉਹ ਜੁਲਾਈ ਜਨਵਰੀ 2023 ਦੇ ਸਟੂਡੈਂਟਸ ਨੂੰ ਦੇਖ ਕੇ ਹੋਇਆ ਜਿੰਨੇ ਵੀ ਸਟੂਡੈਂਟ ਫਰਮ ਹਰਿਆਣਾ ਪੰਜਾਬ ਤੋਂ ਗਏ ਸੀਗੇ ਉਹਨਾਂ ਨੇ ਆਪਣੀ ਯੂਨੀਵਰਸਿਟੀਆਂ ਨੂੰ ਯੂਨੀਵਰਸਿਟੀ ਜਾ ਕੇ ਇਨਰੋਲ ਨਹੀਂ ਕੀਤਾ ਜਾਂ ਅਗਰ ਯੂਨੀਵਰਸਿਟੀ ਜਾ ਕੇ ਇਨਰੋਲ ਵੀ ਕੀਤਾ ਪੜ੍ਹੇ ਨਹੀਂ ਹੈ ਸਾਰੇ ਸਟੂਡੈਂਟ ਕੋਰਸ ਨੂੰ ਲੈ ਕੇ ਛੋਟੇ ਛੋਟੇ ਡਿਪਲੋਮਾ ਸ਼ਿਫਟ ਹੋ ਗਏ ਸੀ ਉਹਦਾ ਇਫੈਕਟ ਉਹਨਾਂ ਦੇ ਹੀ ਯੰਗ ਬ੍ਰਦਰਸ ਤੇ ਕਜ਼ਿਨਸ ਨੂੰ ਮਿਲ ਰਿਹਾ ਹੈ ਇਹ ਦੋਸਤਾਂ ਯਾਰ ਨੂੰ ਪੈ ਰਿਹਾ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਡਾਟਾ ਆਇਆ ਸੀਗਾ ਮੈਸੀ ਡਿਸਾਈਡ ਕੀਤਾ ਸੀਗਾ ਕਿ ਅਸੀਂ ਸਿਰਫ ਜੈਨੂਇਨ ਸਟੂਡੈਂਟ ਲੈਣੇ ਹਨ ਸੈਕਿੰਡ ਚੀਜ਼ ਜਿਹੜੀ ਆ ਜਿਆਦਾ ਇਫੈਕਟ ਕਰ ਗਈ ਹੈ ਕਿ ਥੈਟ ਦੀ ਆਸਟ੍ਰੇਲੀਅਨ ਗਵਰਨਮੈਂਟ ਨੇ ਪਲਾਨ ਕੀਤਾ ਹੈਗਾ ਕਿ ਥੈਟ ਵੀਜ਼ਾ ਰਿਡਿਊਸ ਕਰਨੇ ਸੋ ਥੈਟ ਇਜ਼ ਦੀ ਸੈਕਿੰਡ ਥਿੰਗ ਸੋ ਅਫੈਕਟ 2023 ਤੋਂ ਸ਼ੁਰੂ ਹੋ ਗਿਆ ਸੀ ਜਦ ਬੱਚੇ ਯੂਨੀਵਰਸਿਟੀਜ਼ ਇਨਰੋਲ ਨਹੀਂ ਹੋਏ ਸੀਗੇ ਹੁਣ ਅੰਡਰ ਦੀ ਨਿਊ ਰੂਲ ਜਿਹੜਾ ਬੱਚਾ ਪੜਨ ਜਾਂਦਾ ਪਹਿਲੇ ਤਾਂ 6 ਮਹੀਨੇ ਪੜ੍ਹੇਗਾ ਉਸ ਤੋਂ ਬਾਅਦ 6 ਮਹੀਨੇ ਤੋਂ ਬਾਅਦ ਪੜ੍ਹ ਕੇ ਕਿਸੇ ਦੂਜੀ ਯੂਨੀਵਰਸਿਟੀ ਜਾਂ ਦੂਜੇ ਪ੍ਰੋਵਾਈਡਰ ਕੋਲ ਜਾਣਾ ਚਾਹੁੰਦਾ ਹੈਗਾ ਉਹਨੂੰ ਰਿਲੀਜ਼ ਲੈਟਰ ਲੈਣਾ ਪੈਣਾ ਸੋ ਅਗਰ ਤੁਹਾਡੇ ਐਗਜ਼ਾਮਸ ਨਹੀਂ ਪਾਸ ਜਾਂ ਤੁਹਾਡੇ ਕੋਲ ਰਿਲੀਜ਼ ਲੈਟਰ ਨਹੀਂ ਹੈਗਾ ਤਾਂ ਦੂਜੀ ਯੂਨੀਵਰਸਿਟੀ ਤੁਹਾਨੂੰ ਸੀਓ ਇਸ਼ੂ ਨਹੀਂ ਕਰੇਗੀ ਬਿਲਕੁਲ ਜਿਹੜੇ ਵੀ ਸਟੂਡੈਂਟ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦੇ ਆ ਜਾਂ ਤੁਸੀਂ ਹੋਰ ਵੀ ਕਿਸੇ ਮੁਲਕ ਦਾ ਪਲਾਨ ਕਰ ਰਹੇ ਹੋ ਵਿਦੇਸ਼ ਜਾਣ ਦਾ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੀ ਹੈ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਤੁਹਾਡੀ ਪ੍ਰੋਫਾਈਲ ਕੀ ਹੈ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੈਨਲਸ ਤੇ ਹੋਰ ਕੰਟਰੀ ਬਾਰੇ ਵੀ ਵੀਡੀਓਜ਼ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਿਸ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚ ਸਕਦੇ ਹੋ ਹਰ ਵਾਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਅਗਲੀ ਅਪਡੇਟ ਲਈ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਵੋ ਜਿਆਦਾ ਸਤਿ ਸ਼੍ਰੀ ਅਕਾਲ